ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪਸਾਰ ਨਾਲ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਲੰਘੇ 24 ਘੰਟਿਆਂ ਦੌਰਾਨ 69 ਹੋਰ ਵਿਅਕਤੀਆਂ ਦੀ ਮੌਤ ਨਾਲ ਹੀ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵੱਧ ਕੇ 1808 ਤੱਕ ਪਹੁੰਚ ਗਿਆ। ਸੂਬੇ 'ਚ ਕੋਰੋਨਾ ਦੇ 1515 ਪੋਜ਼ਿਟਿਵ ਕੇਸ ਹੋਰ ਸਾਹਮਣੇ ਆਏ ਨੇ, ਜਦਕਿ 1306 ਨੂੰ ਛੁੱਟੀ ਕਰ ਦਿੱਤੀ ਗਈ ਹੈ। ਸੂਬੇ 'ਚ ਸਭ ਤੋਂ ਵੱਧ 12 ਮੌਤਾਂ ਲੁਧਿਆਣੇ 'ਚ ਹੋਈਆਂ ਨੇ। ਇਸੇ ਤਰ੍ਹਾਂ ਫਿਰੋਜ਼ਪੁਰ 'ਚ 10, ਅੰਮ੍ਰਿਤਸਰ ਜਲੰਧਰ 'ਚ 8-8, ਪਟਿਆਲਾ 'ਚ 4, ਬਠਿੰਡਾ ਗੁਰਦਾਸਪੁਰ ਮੋਹਾਲੀ ਪਠਾਨਕੋਟ ਅਤੇ ਰੋਪੜ 'ਚ 3-3, ਬਰਨਾਲਾ ਫਰੀਦਕੋਟ ਹੁਸ਼ਿਆਰਪੁਰ ਮੋਗਾ ਅਤੇ ਸੰਗਰੂਰ 'ਚ 2-2, ਕਪੂਰਥਲਾ ਅਤੇ ਨਵਾਂਸ਼ਹਿਰ 'ਚ 1-1 ਵਿਅਕਤੀ ਕੋਰੋਨਾ ਦੀ ਭੇਟ ਚੜ੍ਹ ਗਿਆ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਹੁਣ ਤੱਕ 11,68,106 ਨਮੂਨੇ ਜਾਂਚ ਲਈ ਲਏ ਗਏ ਨੇ, ਜਿਨ੍ਹਾਂ ਵਿੱਚੋਂ 61,527 ਪੋਜ਼ਿਟਿਵ ਪਾਏ ਗਏ ਨੇ। ਇਹਨਾਂ ਵਿੱਚੋਂ 43,849 ਜਣਿਆਂ ਨੂੰ ਠੀਕ ਹੋਣ ਮਗਰੋਂ ਛੁੱਟੀ ਕਰ ਦਿੱਤੀ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 15,870 ਹੈ।